ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ 1947 ਦੀ ਵੰਡ ਤੋਂ ਪਹਿਲਾਂ ਦੀ ਇੱਕ ਮਸਜਿਦ ਦਿਖਾ ਰਹੇ ਹਾਂ ਅਤੇ ਇਹ ਮਸਜਿਦ ਪਿੰਡ ਲੋਹਗੜ੍ਹ ਦੇ ਵਿੱਚ ਆ। ਪਿੰਡ ਲੋਹਗੜ੍ਹ ਹਰਿਆਣੇ ਦਾ ਪਿੰਡ ਆ ਅਤੇ ਇਹ ਨੇੜੇ ਮੰਡੀ ਡੱਬ ਵਾਲੀ ਇਸ ਨੂੰ ਲੱਗਦੀ ਆ ਅਤੇ ਇਸ ਤੋਂ ਅੱਗੇ ਜਿਹੜਾ ਉਹ ਰਾਜਸਥਾਨ ਸਟੇਟ ਸ਼ੁਰੂ ਹੋ ਜਾਂਦੀ ਆ। ਅਤੇ ਦੋਸਤੋ, ਅੱਜ ਇਸ ਪਿੰਡ ਦੇ ਵਿੱਚੋਂ ਲੰਘ ਰਹੇ ਸੀ ਅਤੇ ਸਾਹਮਣੇ ਇਹ ਮਸਜਿਦ ਦਿਖਾਈ ਦਿੱਤੀ ਤਾਂ ਦਿਲ ਕੀਤਾ ਕਿ ਇਹ ਵੀਡੀਓ ਦੇ ਰੂਪ ਵਿੱਚ ਤੁਹਾਡੇ ਨਾਲ ਸਾਂਝੀ ਕਰਾਂ। 1947 ਦੀ ਵੰਡ ਤੋਂ ਪਹਿਲਾਂ ਲੋਹਗੜ੍ਹ ਜਿਹੜਾ ਪਿੰਡ ਸੀ ਇਹ ਮੁਸਲਿਮ ਆਬਾਦੀ ਦਾ ਪਿੰਡ ਸੀ ਅਤੇ ਇਸ ਪਿੰਡ ਦੇ ਵਿੱਚ ਦੋਸਤੋ ਇਹ ਬਹੁਤ ਸੋਹਣੀ ਮਸਜਿਦ ਬਣੀ ਹੋਈ ਆ ਅਤੇ ਬਹੁਤ ਪੁਰਾਣੀ ਆ, ਪਿੰਡ ਵਾਸੀ ਦੱਸਦੇ ਆ। ਪਰ ਜਦੋਂ ਮੁਸਲਮਾਨ ਇੱਥੋਂ 1947 ਵੇਲੇ ਚਲੇ ਗਏ ਤਾਂ ਇਹ ਮਸਜਿਦ ਅੱਜ ਵੀ ਪਿੰਡ ਦੇ ਵਿੱਚ ਇੱਕ ਸਿਰਫ ਨਿਸ਼ਾਨੀ ਦੇ ਤੌਰ 'ਤੇ ਮੌਜੂਦ ਆ। ਅਗਰ ਕੋਈ ਦੋਸਤ ਲੈਂਦੇ ਪੰਜਾਬ ਦਾ ਲੋਹਗੜ੍ਹ ਪਿੰਡ ਤੋਂ ਗਿਆ ਹੋਵੇ ਤਾਂ ਜ਼ਰੂਰ ਕਮੈਂਟ ਕਰਿਆ ਜੇ। ਅਤੇ ਦੋਸਤੋ, ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਅੱਗੇ ਦੋਸਤਾਂ ਦੇ ਨਾਲ ਇਸ ਨੂੰ ਵੱਧ ਤੋਂ ਵੱਧ ਸਾਂਝੀ ਕਰਿਓ ਤਾਂ ਕਿ ਜਿਹੜੇ ਪਰਿਵਾਰ ਇੱਥੋਂ 1947 ਦੀ ਵੰਡ ਵੇਲੇ ਗਏ ਸੀ, ਹੋ ਸਕਦਾ ਕਿ ਉਹ ਦੁਬਾਰਾ ਆਪਣੇ ਪਿੰਡ ਦੀ ਇਸ ਪੁਰਾਣੀ ਨਿਸ਼ਾਨੀ ਨੂੰ ਦੇਖ ਸਕਣ। ਅਤੇ ਦੋਸਤੋ, ਤੁਹਾਡੇ ਪਿੰਡ ਦੇ ਵਿੱਚ ਜੇ ਕੋਈ ਇਸ ਤਰ੍ਹਾਂ ਦੀ ਪੁਰਾਣੀ ਨਿਸ਼ਾਨੀ ਆ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ। ਧੰਨਵਾਦ।